ਆਉਣ ਲੱਗੇ ਆ ਜਿਹੜਾ ਆ ਚੈੱਕ ਕਰੋ ਮੈਂ ਇੱਕ ਕੰਮ ਕਰ ਪਗੜੀਆਂ ਵਾਲੇ ਪਾ ਲਿਆ ਮੋਟਰਸਾਈਕਲ ਗਲੀਆਂ ਭੀੜਾਂ ਆਹ ਮਿੱਤਰੋਂ ਕਰੋ ਲੁੱਕ ਚੈੱਕ ਪੂਰੀ ਫਿਰ ਆਪਾਂ ਸਿਲੈਕਟ ਕੀਤਾ ਜੀ ਆਹ ਜੀ ਟਾਇਰ ਆਪਣਾ ਅੱਗੇ ਹਵਾ ਨਹੀਂ ਭਰੀ ਗਈ ਨਿੱਕਾ ਜਿਹਾ ਲੱਗਣਾ ਹੁਣ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਲਓ ਜੀ ਮਿੱਤਰੋ ਕੀ ਹਾਲ ਚਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇਹਦੇ ਨਵੇਂ ਵਲੋਗ 'ਚ ਅਤੇ ਹੋਰ ਕੀ ਹਾਲ ਚਾਲ ਜੇ ਆਪਣੇ ਦੇ ਹਾਲ ਚਾਲ ਮਹੀਨਾ ਇੱਕ ਮਾੜਾ ਚੱਲਿਆ ਜੀ ਕੰਮ ਐਕਸੀਡੈਂਟ ਹੋ ਗਿਆ ਜੀ ਆਪਣਾ ਆਪਾਂ ਇੰਝ ਹੀ ਨਾ ਵਲੋਗ ਸ਼ੂਟ ਕਰਨ ਦੇ ਹਾਂ ਆਪਣਾ ਮੋਟਰਸਾਈਕਲ ਆਪਾਂ ਕੰਮ ਕੁੰਮ ਕਰਾਇਆ ਜੀ ਆ ਟਾਇਰ ਨਵਾਂ ਪਵਾਇਆ ਜੀ ਆਪਾਂ 110-98 ਨੰਬਰ ਦਾ ਅਤੇ ਬਾਕੀ ਜਾਂਦੇ ਪਏ ਹਾਂ ਆਪਾਂ ਫਿਰ ਵਲੋਗ ਸ਼ੂਟ ਹੀ ਕਰਨ ਜਾਂਦੇ ਪਏ ਹਾਂ ਆਪਾਂ ਨਾ ਥੋੜ੍ਹੀਆਂ ਬੜੀਆਂ ਵੀਡੀਓ ਸ਼ੂਟ ਕਰਨੀਆਂ ਹੈਗੀਆਂ ਰੀਲਾਂ ਦੀਆਂ ਅਤੇ ਉਹ ਸ਼ੂਟ ਕਰਨ ਜਾਂਦੇ ਪਏ ਹਾਂ ਆਪਾਂ ਅਤੇ ਰਾਹ 'ਚ ਕਿਤੇ ਨਾ ਟਾਇਰ ਥੋੜ੍ਹੀ ਥੋੜ੍ਹੀ ਕੜਕੜ ਕਰਦਾ ਸੀਗਾ ਉਹ ਮੈਂ ਉਦੋਂ ਧਿਆਨ ਜਿਹਾ ਦਿੱਤਾ ਕਿ ਮਾਸਾ ਅਤੇ ਮੈਂ ਚੱਲ ਕਿਹਾ ਕਿ ਨਾਲ ਦੇ ਦੂੰਗੀ ਮੈਂ ਚੱਲ ਕੋਈ ਨਹੀਂ ਭਿੱਖੀ ਮਿੰਟ ਜਾ ਕੇ ਮੈਂ ਬਾਇਓ ਸੈੱਟ ਕਰਾ ਲੂੰਗਾ ਅਤੇ ਉਹ ਕਿਤੇ ਉਦੋਂ ਆਪਾਂ ਚੰਗੀ ਤਰ੍ਹਾਂ ਵੇਖਿਆ ਨਹੀਂ ਅਤੇ ਬਾਇਓ ਰਾਹ 'ਚ ਕਿਤੇ ਆਪਾਂ ਜਾਂਦੇ ਪਏ ਹਾਂ ਅਤੇ ਉਹ ਉੱਥੇ ਇੱਕਦਮ ਮੋਟਰਸਾਈਕਲ ਦੀ ਸਪੀਡ ਸੀਗੀ 50-60 ਦੀ ਸਪੀਡ ਸੀਗੀ ਅਤੇ ਜਿਹੜਾ ਸਟੈਂਡ ਨਾ ਮੋਟਰਸਾਈਕਲ ਦਾ ਵੱਡਾ ਸਟੈਂਡ ਉਹਦੇ ਟਾਇਰ ਦੀ ਗੁੱਟੀ ਵਿੱਚ ਚੜ ਗਿਆ ਉਹ ਟਾਇਰ ਦੀ ਗੁੱਟੀ ਵਿੱਚ ਚੜ ਗਿਆ ਮੋਟਰਸਾਈਕਲ ਸਾਰਾ ਮਤਲਬ ਡੋਲ ਗਿਆ ਮੋਟਰਸਾਈਕਲ ਅਤੇ ਕੰਟਰੋਲ ਨਹੀਂ ਹੋਇਆ ਮਤਲਬ 50-60 ਦੀ ਸਪੀਡ ਸੀਗੀ ਅਤੇ ਮੋਟਰਸਾਈਕਲ ਸਾਰਾ ਇੱਕ ਬੰਨੇ ਨੂੰ ਡਿੱਗ ਗਿਆ ਅਤੇ ਘੜੀਜਦਾ ਗਿਆ ਮੈਂ ਆਹ ਵੇਖ ਲਓ ਰਗੜਾਂ ਚੈੱਕ ਕਰਨ ਵਾਲੇ ਵੀ ਲੱਗੀਆਂ ਅਤੇ ਬਾਈ ਹੁਣ ਤਾਂ ਅੱਗੇ ਚਲੋ ਠੀਕ ਹੋ ਗਈਆਂ ਆ ਅਤੇ ਐਕਸੀਡੈਂਟ ਬਹੁਤ ਹੀ ਆਪਣਾ ਭੈਣ ਹੋ ਗਿਆ ਇੱਥੇ ਮੈਂ ਕਲਿੱਪ ਐਡ ਕਰ ਦੇਣਾ ਇੱਥੇ ਕਲਿੱਪ ਐਡ ਕਰ ਦੇਣਾ ਆਹ ਵੇਖ ਲਓ ਇਹ ਬਹੁਤ ਹੋਇਆ ਪੱਟੀਆਂ ਪੁੱਟੀਆਂ ਬੜੀਆਂ ਹੋਈਆਂ ਸਾਰਿਆਂ ਮੂੰਹ 'ਤੇ ਪੱਟੀਆਂ ਹੋਈਆਂ ਨੱਕ ਛਿਲੀ ਗਈ ਸੀ ਆਪਣੀ ਅਤੇ ਇੱਧਰੋਂ ਆ ਮੁੱਛਾਂ ਜਿਹਾ ਤੋਂ ਛਿਲਿਆ ਗਿਆ ਸੀਗਾ ਹੋਰ ਆਪਣੇ ਇੱਥੇ ਢਿੱਡ 'ਤੇ ਅਤੇ ਬਾਕੀ ਆ ਗੋਡਿਆਂ ਦੋਵਾਂ ਦੇ ਹੱਥਾਂ 'ਤੇ ਲੱਗੀਆਂ ਹੋਈਆਂ ਰਗੜਾਂ ਬਹੁਤ ਜ਼ਿਆਦਾ ਰਗੜਾਂ ਲੱਗੀਆਂ ਹੈਗੀਆਂ ਉੱਧਰ ਵੀ ਬਸ ਆਪਾਂ ਇਸ ਤਰ੍ਹਾਂ ਹੀ ਵਲੋਗ ਸ਼ੂਟ ਕਰਨੇ ਉਹ ਵਲੋਗ ਸ਼ੂਟ ਕਰਦੇ ਹਾਂ ਆਪਾਂ ਜਿੱਦਾਂ ਆਪਣਾ ਆਏਗਾ ਸ਼ਪੀਲ ਦਾ ਵਲੋਗ ਸ਼ਪੀਲ ਦੇ ਵਲੋਗ ਤੋਂ 3 ਦਿਨ ਬਾਅਦ ਉਹ ਵਲੋਗ ਸ਼ੂਟ ਕਰਦੇ ਹਾਂ ਜਿੱਦਾਂ ਸ਼ਪੀਲ ਦਾ ਵਲੋਗ ਆਪਣਾ ਆਏਗਾ ਐਤਵਾਰ ਅਤੇ ਉਹ ਬੁੱਧਵਾਰ ਸ਼ੂਟ ਕਰਦੇ ਹਾਂ ਵਲੋਗ ਆਪਾਂ ਉੱਧਰ ਆਪਾਂ ਸਾਰੀਆਂ ਮਤਲਬ ਕਲਿੱਪਾਂ ਕਲੁੱਪਾਂ ਸਾਰੀਆਂ ਬਣਾ ਲਈਆਂ ਸੀਗੀਆਂ ਆਪਾਂ ਬਹੁਤ ਵਧੀਆ ਵਲੋਗ ਸਾਰਾ ਬਣ ਗਿਆ ਸੀਗਾ ਅਤੇ ਟਾਇਰ ਟੂਰ ਦੀਆਂ ਜੋ ਵੀ ਆਪਾਂ ਕਰਾਏ ਗਏ ਸਾਰਾ ਕੰਮ ਸਾਰਾ ਵਿੱਚ ਆਪਾਂ ਐਡ ਕੀਤਾ ਸੀਗਾ ਅਤੇ ਬਾਕੀ ਆਪਾਂ ਡਿਟੇਲ ਥੋੜ੍ਹੀ ਜਿਹੀ ਦੇਣੀ ਸੀਗੀ ਤੁਹਾਨੂੰ ਉਹੀਓ ਅਸੀਂ ਲੋਕੇਸ਼ਨ 'ਤੇ ਜਾਂਦੇ ਪਏ ਹਾਂ ਮਾੜੀ ਉਦੋਂ ਕਿਆਰੀ ਸਾਈਡ ਅਤੇ ਉੱਧਰ ਆਪਣਾ ਰਾਹ 'ਚ ਜਾਂਦੇ ਜਾਂਦੇ ਹੋ ਗਿਆ ਕੰਮ ਬਹੁਤ ਹੀ ਡੇਂਜਰ ਸੀਗਾ ਅਤੇ ਆਪਾਂ ਅੱਧੇ ਘੰਟੇ ਬਾਅਦ ਘਰ ਆਏ ਹਾਂ ਸੱਟਾਂ ਸੁੱਟਾਂ ਬਹੁਤ ਲੱਗੀਆਂ ਸੀਗੀਆਂ ਸਾੜ ਬੜਾ ਪੈਂਦਾ ਰਿਹਾ ਸੀਗਾ ਅਤੇ ਆਪਣਾ ਨਾ 15-20 ਦਿਨ ਆਪਾਂ ਨਾ ਮੰਜੇ 'ਤੇ ਪੈ ਰਹੇ ਬੈੱਡ ਰੈਸਟ ਬਹੁਤ ਔਖੀ ਕੀਤੀ ਜੀ ਬੈੱਡ ਰੈਸਟ ਬਹੁਤ ਹੀ ਔਖਾ ਹੁੰਦਾ ਉਹ ਤਰ੍ਹਾਂ ਪਾਣੀ ਤਾਂ ਕਦੇ ਅੰਦਰ ਚਲ ਗਏ ਕਦੇ ਉੱਧਰ ਚਲ ਗਏ ਇਹ ਨਹੀਂ ਹੁੰਦਾ ਸੀ ਹੈ ਨਾ ਮੋਟਰਸਾਈਕਲ ਘਰ ਦੇ ਵੀ ਕੰਮ ਕੁੰਮ ਕਰ ਲਈਦੇ ਹੋਰ ਆਪਣੇ ਵੀ ਵਲੋਗ ਵਲੁਗ ਸ਼ੂਟ ਕਰ ਲਈਦਾ ਰੀਲ ਰੀਲਾਂ ਰੂਲਾਂ ਬਣਾ ਲਈਦੀਆਂ ਹੈਗੀਆਂ ਇਸ ਤਰ੍ਹਾਂ ਹੀ ਆਪਣਾ ਕੰਮ ਅਤੇ ਜਿਹੜੀ ਆਪਾਂ 15-20 ਦਿਨਾਂ ਦੀ ਬੈੱਡ ਰੈਸਟ ਕੀਤੀ ਨਾ ਇੱਥੇ ਮਿੱਤਰੋ ਬਹੁਤ ਹੀ ਜ਼ਿਆਦਾ ਆਪਣਾ ਕੰਮ ਔਖਾ ਹੋਇਆ ਸੀਗਾ ਅਤੇ ਸਕੂਲ ਤੋਂ ਵੀ ਹਾਂਜੀ 20 ਦਿਨ ਛੁੱਟੀਆਂ ਲਈਆਂ ਹੀ ਸਕੂਲ ਤੋਂ ਵੀ ਅਤੇ ਇੱਥੇ ਬਸ ਮੰਝਾ ਡਾ ਗਈ ਏਸੀ ਵਾਲੇ ਕਮਰੇ 'ਚ ਪਿਆ ਰਹਿੰਦਾ ਅਤੇ ਅੱਜ ਆਪਾਂ ਵਲੋਗ ਸ਼ੂਟ ਕਰਨੇ ਆ ਅਤੇ ਮੋਟਰਸਾਈਕਲ 'ਤੇ ਨਾ ਡੈਂਟ ਡੁੰਟ ਜੇ ਪਏਗੀ ਜਿਹੜੇ ਡੈਂਟ ਪਏਗੀ ਉਹ ਸੈੱਟ ਕਰਨੇ ਹੀ ਅਤੇ ਨਾਲ ਥੋੜ੍ਹੀ ਕੁ ਟੇਪ ਅੱਗੋਂ ਨਾ ਮੋਟਰਸਾਈਕਲ ਦੇ ਮੂੰਹ ਦੇ ਅੱਗੇ ਹੈੱਡ ਦੇ ਅੱਗੇ ਟੇਪ ਲੱਤੀ ਅੱਜ ਆਪਾਂ ਉਹ ਕਰਾਉਣੀ ਆ ਅਤੇ ਬਾਕੀ ਮੋਟਰਸਾਈਕਲ ਆਪਾਂ ਲੰਡਾ ਡੁੰਡਾ ਕਰਾ ਲਿਆ ਵਧੀਆ ਦੇਸੀ ਜਗਾੜ ਕੀਤਾ ਆ ਉਹ ਜਦੋਂ ਆਪਾਂ ਨੰਬਰ ਪਲੇਟ ਵਾਲਾ ਲਾ ਦੇਈਦਾ ਉਹਦੇ ਨਾਲ ਇਸ਼ਾਰੇ ਵੀ ਜਗਦੇ ਆ ਅਤੇ ਬਾਕੀ ਸਾਰਾ ਕੰਮ ਸੈੱਟ ਆਪਣਾ ਓਕੇ ਆ ਅਤੇ ਅੱਜ ਦਾ ਵਲੋਗ ਵੈਸੇ ਮੈਂ ਬੜਾ ਸ਼ਾਮ ਨੂੰ ਸ਼ੂਟ ਕਰਦਿਆਂ ਹੁਣ ਹੀ ਮੈਂ ਤਿਆਰ ਤਿਉਰ ਹੋ ਗਈ ਸਵੇਰ ਦਾ ਮੈਂ ਬੈਠਾ ਸੀ ਉਂਝ ਹੀ ਘਰ ਮੋਬਾਈਲ ਚਲਾਉਂਦਾ ਮੈਂ ਹਾਂ ਅਤੇ ਹੁਣ ਮੈਂ ਤਿਆਰ ਤਿਉਰ ਹੋ ਕੇ ਵਧੀਆ ਅਤੇ ਵਲੋਗ ਸ਼ੂਟ ਕਰਨਾ ਅਤੇ ਬਾਕੀ ਆਪਾਂ ਚੱਲਦੇ ਹਾਂ ਟਾਈਮ ਬਹੁਤ ਹੋ ਗਿਆ ਜੀ
ਟਾਈਮ ਚੈੱਕ ਕਰੋ, 5 ਵੱਜ ਗਏ ਜੇ। ਬਾਕੀ ਮਿੱਤਰੋ ਆਪਾਂ ਚੱਲਦੇ ਹਾਂ, ਅਤੇ ਇੱਕ ਮਿੰਟ ਮੈਂ ਤੁਹਾਨੂੰ ਪਹਿਲਾਂ ਆਪਣਾ ਜਿਹੜਾ ਉਦਣ ਵਲੌਗ ਸ਼ੂਟ ਕਰਦੇ ਹਾਂ ਆਪਾਂ ਉਹਦੀਆਂ ਕਲਿੱਪਾਂ ਮੈਂ ਪਹਿਲਾਂ ਐਡ ਕਰ ਦੇਣਾ, ਤੁਸੀਂ ਉਹ ਜ਼ਰੂਰ ਵੇਖ ਲਿਓ ਜੀ। ਬਾਕੀ ਐਕਸੀਡੈਂਟ ਬਹੁਤ ਹੀ ਹੋਇਆ ਸੀਗਾ ਭਿਆਨਕ, ਅਤੇ ਸਰਕਾਰ ਨੇ ਇੱਕ ਰੂਲ ਵੀ ਨਵਾਂ ਲਾਗੂ ਕਰਤਾ ਕਿ 18 ਪਲੱਸ ਹੀ ਮੋਟਰਸਾਈਕਲ ਚਲਾਉਣ ਵਾਲੇ ਚਾਹੀਦੇ ਆ, ਜਿਹਨਾਂ ਲਾਇਸੈਂਸ ਕੋਲ 5,000 ਦਾ ਜੁਰਮਾਨਾ। ਆਪਾਂ ਮੋਟਰਸਾਈਕਲ ਵੈਸੇ ਘੱਟ ਹੀ ਚਲਾਉਂਦੇ, ਚੌਂਕ ਚੌਂਕ ਗੱਲ ਆਪਾਂ ਨਹੀਂ ਖੜੀਦਾ, ਚਲੋ ਇੰਨਾ। ਅਤੇ ਬਾਕੀ ਆਪਾਂ ਚੱਲਦੇ ਹਾਂ ਭਿੱਖੀ ਮਿੰਟ 'ਚ ਵੀ, ਅੱਜ ਕੱਲ੍ਹ ਚੋਰੀਆਂ ਚੂਰੀਆਂ ਬੜੀਆਂ ਹੁੰਦੀਆਂ ਪਈਆਂ, ਮੋਟਰਸਾਈਕਲ ਦਾ ਆਪਾਂ ਖਿਆਲ ਰੱਖਿਆ ਕਰੋ। ਅਸੀਂ ਤਾਂ ਹੁਣ ਜਿੱਥੇ ਕਿ ਲਾ ਲਈਦਾ ਮੋਟਰਸਾਈਕਲ, ਖਿਆਲ ਰੱਖੀਦਾ ਅੱਜ ਕੱਲ੍ਹ ਵੇਖ ਕੇ ਸਨ, ਅਤੇ ਲੋਕ ਮਿੰਟੋ ਮਿੰਟੀ ਆ ਜਾਂਦੇ ਆ। ਬਾਕੀ ਮਿੱਤਰੋ ਆਪਾਂ ਚੱਲਦੇ ਹਾਂ, ਪਹਿਲਾਂ ਮੈਂ ਉਹ ਪੁਰਾਣੇ ਵਲੌਗ ਦੀਆਂ ਕਲਿੱਪਾਂ ਐਡ ਕਰ ਦੇਣਾ ਆ, ਉਹ ਵੇਖ ਲਿਓ। ਇੱਕ ਵਾਰੀ ਆਪਾਂ ਟਾਇਰ ਟੂਰ ਸਾਰਾ ਪਵਾਇਆ, ਅਤੇ ਜਿਸ ਤਰ੍ਹਾਂ ਦੇਸੀ ਜੁਗਾੜ ਕੀਤਾ ਹੀ ਆ, ਨੰਬਰ ਪਲੇਟ ਵਾਲੇ ਦਾ ਲੰਡਾ, ਜਦੋਂ ਜੀ ਕਰੇ ਲੰਡਾ ਕਰ ਲਓ, ਜਦੋਂ ਜੀ ਕਰੇ ਸਿੰਪਲ ਕਰ ਲਓ, ਉਹ ਆਪਾਂ ਕੀਤਾ ਜੀ। ਉਹ ਆਪਾਂ ਪਹਿਲਾਂ ਕਲਿੱਪਾਂ ਐਡ ਕਰ ਦਿੰਦੇ ਹਾਂ, ਤੁਸੀਂ ਉਹ ਸਾਰੀਆਂ ਵੇਖ ਲਓ, ਅਤੇ ਫਿਰ ਹੀ ਆਪਾਂ ਅਗਲੀਆਂ ਕਲਿੱਪਾਂ ਐਡ ਕਰਦੇ ਹਾਂ, ਸਾਰੀਆਂ ਮਿਕਸ ਕਰ ਦਾਂਗੇ ਅੱਜ ਆਪਾਂ। ਅਤੇ ਉਧਰ ਨੇ ਵੀ ਇਹ ਵਲੌਗ ਬਹੁਤ ਵਧੀਆ ਸ਼ੂਟ ਕਰਨੇ ਹਾਂ ਮੈਂ, ਅਤੇ ਚਲੋ ਜਿਸ ਤਰ੍ਹਾਂ ਮਹਾਰਾਜ ਨੇ ਜਿਹਾ ਉਹ ਕਰਮਾ ਹੀ ਲਿਖਿਆ ਸੀ, ਉਹ ਚੀਜ਼ ਹੋ ਜਾਂਦੀ ਆ, ਉਹ ਹੋ ਹੀ ਗਈ ਆ। ਅਤੇ ਬਾਕੀ ਗੁਰਦੁਆਰੇ ਆਪਾਂ ਜਾਂਦੇ ਹੁੰਦੇ ਹਾਂ, ਮੱਥਾ ਮੁੱਥਾ ਟੇਕਦੇ ਹਾਂ ਕਿ ਬਾਬਾ ਗਾਹ ਤੋਂ ਇਹੋ ਜਿਹੀ ਕੋਈ ਕੰਮ ਨਾ ਹੋਵੇ। ਅਤੇ ਬਾਕੀ ਆ ਮੈਂ ਅੱਗੇ ਕਲਿੱਪਾਂ ਐਡ ਕਰਤੀਆਂ, ਇਹ ਪਹਿਲਾਂ ਵੇਖ ਐਡ ਕਰਕੇ ਵੇਖ ਲਓ ਕਿ ਕਿਤਨਾ ਮੋਟਰਸਾਈਕਲ ਦਾ ਸਾਰਾ ਟਾਇਰ ਟੂਰ ਚੜਾਇਆ, ਉਹ ਤੋਂ ਬਾਅਦ ਆਪਣਾ ਐਕਸੀਡੈਂਟ ਹੋ ਗਿਆ। ਅਤੇ ਹੁਣ ਆਪਾਂ ਚੱਲਦੇ ਹਾਂ ਅੱਗੇ, ਤੁਹਾਨੂੰ ਅੱਗੇ ਜਾ ਕੇ ਵਿਖਾਉਂਦੇ ਹਾਂ ਬਾਕੀ ਹੁਣ ਕਰਾਉਣਾ ਮੋਟਰਸਾਈਕਲ ਜਿਹੜਾ ਕੰਮ। ਲੋ ਮਿੱਤਰੋ, ਆਹ ਮੇਰੇ ਤੋਂ ਕੰਮ ਕਰਾਉਂਦੇ ਪਏ ਰਾਜੂ ਸੋਢੀ ਦੇ, ਇੱਧਰ ਆਪਣੇ ਨਾਲ ਦੇ ਅੰਦਰ ਬੈਠੇ, ਬਾਕੀ ਟਾਇਰ ਲਾਉਣ ਲੱਗੇ ਸੀ। ਉਹ ਲੱਗਾ ਮੋਟਰਸਾਈਕਲ ਆਪਣਾ, ਉਹ ਵੀ ਆਹ ਮਿੱਤਰੋ ਕਰੋ ਲੁੱਕ ਚੈੱਕ, ਪੂਰੀ ਡੰਡ ਲੱਥ ਗਈ ਤਰ੍ਹਾਂ ਜੀ। ਆਹ ਜੀ ਟਾਇਰ ਆਪਣਾ, ਅੱਗੇ ਹਵਾ ਨਹੀਂ ਭਰੀ ਗਈ, ਨਿੱਕਾ ਜਿਹਾ ਲੱਗਣਾ ਹੁਣ, ਆਹ ਵੱਡਾ ਲੱਗਣ ਦਿਆ ਕਰੋ, ਇਤਨਾ ਹੋਵੇ ਮੋਟਰਸਾਈਕਲ ਇੱਕ ਭੜਾ ਲੱਗੇ। ਬਾਕੀ ਆਹ ਪਈ ਹੈ ਸ਼ੀਲਡ, ਇੱਕੋ ਜਿਹੜੀ ਪਤਰੀ ਗਈ ਜਗਾੜ ਵਾਲੀ, ਉਹ ਨਹੀਂ ਲਵਾਉਣੀ ਆਪਾਂ ਹੁਣ, ਅਤੇ ਉਹ ਕਰਨ ਲੱਗੇ ਦੂਸਰਾ ਆਪਾਂ ਪੌਣ ਲੱਥਣ ਵਾਲਾ ਸਿਸਟਮ, ਉਹ ਕਰਾ ਦੇਣਾ ਨੰਬਰ ਪਲੇਟ ਦਾ ਦੇਸੀ ਜਗਾੜ। ਅਤੇ ਆਹ ਪਈ ਹੈ ਸ਼ੀਟ, ਸ਼ੀਟ ਦਾ ਕਵਰ ਜਿਹਾ ਪੈਣ ਵਾਲਾ ਜੀ ਇੱਥੋਂ, ਮਾਸਾ ਕੀ ਦੇੜਿਆ, ਇਹ ਵੀ ਪਵਾਉਣਾ ਕਵਰ ਆਪਾਂ। ਬਾਕੀ ਕਰੋ ਚੈੱਕ, ਅੱਜ ਆਪਾਂ ਫਿਰ ਕਰਾ ਤਾ ਲੰਡਾ, ਘਰਦੇ ਵੀ ਬਣਾ ਲਏ। ਜਗਾੜ ਚੈੱਕ ਕਰੋ ਤੁਸੀਂ, ਆਹ ਵੀਰ ਆਪਣਾ ਕੰਮ ਡਨ ਕਰਨ ਲਿਆ, ਬੰਦੇ ਚਵਾਰੇ ਸ਼ਰਮਿੰਦੇ ਜੇ ਆ। 2000 years later. ਮੌਸਮ ਚੈੱਕ ਕਰੋ ਮਿੱਤਰੋ, ਮੌਸਮ ਮੌਸਮ ਇਸ ਔਸਮ, ਮਿੱਤਰੋ ਆਪਾਂ ਆ ਗਏ ਅਮੋਲ ਆਰਟਸ ਵੀਰ ਤੋਂ, ਅਤੇ ਵੀਰਾਂ ਦਾ ਕੀ ਕਰਾਉਣਾ, ਮੈਂ ਵਾਧੂ ਕੰਮ ਕਰਾਉਣਾ। ਹੋਰ ਵੀਰ ਜੀ ਕੀ ਹਾਲ ਜੇ? ਹਾਂਜੀ ਵਧੀਆ ਠੀਕ ਠਾਕ। ਹੋਰ ਵਧੀਆ ਜੇ? ਵਧੀਆ ਕਿਰਪਾ। ਹਾਂਜੀ ਹੋਰ ਮਾਰੇ ਕੀ ਹਾਲ ਜੇ? ਵਧੀਆ ਜੀ। ਆਪਾਂ ਵੀਰ ਉਹ ਕਰਨੀ ਗੀ ਹੈਡ 'ਤੇ ਸਮੋਕ ਜੀ ਕਰਨੀ ਗੀ। ਅੱਛਾ ਹਾਂਜੀ, ਹੁਣ ਆਪਣਾ ਤਾਣੇ ਗਿਆ ਜੀ ਮੋਟਰਸਾਈਕਲ, ਚਲੋ ਠੀਕ ਮੈਂ ਲੈ ਆਉਣਾ ਜੀ ਤਾਂ। ਹੈਲੋ ਮਿੱਤਰੋ, ਆਪਾਂ ਵੀਰ ਨਾਲ ਬੈਠੇ ਹਾਂ, ਅਤੇ ਸਟੀਕਰ ਵੇਖਣਦੇ ਹਾਂ ਇੱਧਰ ਟੈਂਕੀ 'ਤੇ ਲਾਉਣਾ, ਟੈਂਕੀ 'ਤੇ ਜਿਹੜਾ ਲਾਇਆ ਨਾ ਉਹ ਥੋੜ੍ਹਾ ਖਰਾਬ ਹੋ ਗਿਆ, ਇੱਧਰ ਆਹ ਵੀ ਵੇਖ ਲਏ ਸਾਰੇ, ਇਹਨਾਂ 'ਚ ਮੈਂ ਆਹ ਕੱਢ ਕੇ ਰੱਖਿਆ ਸੀਗਾ ਕਿ ਚੱਲ ਆਹ ਲਾ ਲਾਂਗੇ, ਪਰ ਇਹ ਰਹਿਣ ਤਾਂ ਆਪਾਂ, ਫਿਰ ਆਪਾਂ ਆਹ ਸਿਲੈਕਟ ਕੀਤਾ ਜੀ।
ਆ ਸਟੀਕਰ ਲੰਬਾ ਵਾਹਵਾ ਇਹ ਤਾਂ ਮੈਨੂੰ ਪਸੰਦ ਆਇਆ, ਫਲੇਮ ਜੀ ਵਧੀਆ ਲੱਗਦੀ ਆ ਆੜੀ ਜਿਹੜੀ ਫਲੇਮ ਆ, ਅਤੇ ਇਹਨਾਂ 'ਚ ਬੜੇ ਸਾਰੇ ਸਟੀਕਰ ਆ, ਜੇ ਕਿਸੇ ਨੇ ਸਟੀਕਰ ਸਟੂਕਰ ਲਵਾਉਣੇ ਹੋਣ ਤਾਂ ਵੀਰ ਤੋਂ ਆਏ ਜੀ ਅਮੋਲ ਆਰਟਸ ਤੋਂ, ਵੀਰ ਆਪਣਾ ਕੰਮ ਪੂਰਾ ਅਚੀਵ ਕਰਕੇ ਦਿੰਦੇ ਕਿਉਂ ਵੀ, ਹਾਂਜੀ। ਅਤੇ ਆਪਾਂ ਜਿਹੜਾ ਸਟੀਕਰ ਸਿਲੈਕਟ ਕੀਤਾ ਜੇ ਇਹ ਆਪਾਂ ਲੱਗੂਗਾ ਆਪਣੇ ਮੋਟਰਸਾਈਕਲ 'ਤੇ, ਅਤੇ ਆਹ ਆਪਣਾ ਮੋਟਰਸਾਈਕਲ ਰੈਡੀ ਹੁੰਦਾ ਪਿਆ ਕਰਤੀ ਵੀਰ ਜਿਸ ਨੂੰ ਫਿਰ ਲਾਇਆ ਮਿੰਟ 'ਤੇ, ਬਾਕੀ ਸ਼ਾਮ ਵਾਹਵਾ ਹੀ ਹੋ ਗਈ ਆ, ਟਾਈਮ ਬਹੁਤ ਹੋ ਗਿਆ ਜੀ ਹੈ ਨਾ। ਉਹ ਸਾਹਮਣੇ ਮਿੱਤਰੋ ਆਪਾਂ ਸਟੀਕਰ ਚੇਂਜ ਕਰਨ ਲੱਗੇ, ਪਿਛਲਾ ਵੀ ਬੈਕ ਲਾਈਟ ਵਾਲਾ ਆਹ ਲਵਾਉਣ ਲੱਗੇ ਹਾਂ, ਜਿਹੜਾ ਆਹ ਚੈੱਕ ਕਰੋ ਇੱਥੇ ਸਮੋਕ ਹੋਈ ਹੈਗੇ, ਬਲੈਕ ਜੀ ਸੋਹਣੀ ਲੱਗਦੀ ਵਾਹਵਾ, ਰੈੱਡ ਰੈੱਡ ਬੁਰੀ ਲੱਗਦੀ। ਬਾਕੀ ਆਹ ਸਟੀਕਰ ਲੱਗੂਗਾ ਹਾਲੇ, ਉਹ ਟੈਂਕੀ ਵਾਲਾ ਵੀ ਲੱਗਣਾ, ਉਹ ਵੀ ਲਾ ਕੇ ਕਰੀ ਤੁਹਾਨੂੰ ਫਾਈਨਲ ਲੁੱਕ ਦੇਵਾਂਗੇ, ਲਾ ਦਿਓ ਜੀ ਲਾਉਣ ਲੱਗੇ ਜੀ। ਖਾਈਏ ਤੁਹਾਨੂੰ ਕਿਤਨਾ ਲੱਗਦੇ ਸਟੀਕਰ ਵੀ, ਕਰੋ ਚੈੱਕ ਲੱਗ ਗਿਆ ਵਾਹਵਾ ਸੋਹਣਾ ਲੱਗਦਾ, ਹਾਲੇ ਤਾਂ ਸਮੋਕ ਹੋਊਗੀ ਫਿਰ ਕਰੇ ਫਾਈਨਲ ਲੁੱਕ ਚੈੱਕ ਦੀ। ਲਓ ਜੀ ਮਿੱਤਰੋ ਕਰੋ ਫਾਈਨਲ ਲੁੱਕ ਚੈੱਕ, ਸਟੀਕਰ ਅਤੇ ਆਹ ਟੈਂਕੀ ਦਾ ਸਟੀਕਰ ਦੇ ਵੀਰੋਂ ਨੇ ਕੁੜਤਾ, ਅਤੇ ਆਹ ਮੈਂ ਡੈਂਟ ਦਾ ਪੁੱਛਣ ਦਿਆ, ਡੈਂਟ ਆਉਂਦੇ ਕਿ ਅੰਮ੍ਰਿਤਸਰੋਂ ਇਹ ਨਿਕਲਣਾ ਆਪਣੇ ਭਿੱਖੀ ਮਿੰਟ ਕੋਈ ਨਹੀਂ ਕੱਢਦਾ, ਇਹ ਡੈਂਟ ਵੇਲ ਉੱਧਰ ਮੋਟਰਸਾਈਕਲ ਡਿੱਗਿਆ ਹੀ ਨਾ, ਆਹ ਡੈਂਟ ਪੈ ਗਿਆ ਅਤੇ ਇਹਨੂੰ ਆਹ ਲੈਗ ਗਾਰਡ ਜਾ, ਪਹਿਲਾਂ ਮੈਂ ਲੈਗ ਗਾਰਡ ਲਾਉਣ ਨੂੰ ਫਿਰਦਾ ਹਾਂ ਕਿ ਲੈਗ ਗਾਰਡ ਲਾ ਦੀਏ, ਪਰ ਇਹਦੇ ਕਰਕੇ ਥੋੜ੍ਹਾ ਜ਼ਿਆਦਾ ਬਚਾਅ ਹੋ ਗਿਆ। ਅਤੇ ਆਹ ਕਰੋ ਫਾਈਨਲ ਲੁੱਕ ਚੈੱਕ, ਆਹ ਸਾਰਾ ਇੱਥੋਂ ਨਾ ਖਰਾਬ ਹੋ ਗਿਆ ਸੀਗਾ ਵਾਈਜ਼ਰ ਜਿਹਾ, ਅਤੇ ਆਪਾਂ ਇਹ ਕਰਾ ਤਾ ਸੈੱਟ, ਸਹੀ ਲੱਗਦਾ ਅੱਗੇ ਹੋਰ ਤਰ੍ਹਾਂ ਲੱਗਦਾ ਸੀਗਾ, ਥੋੜ੍ਹਾ ਵਾਲਾ ਇੱਥੋਂ ਖਰਾਬ ਹੋਈ ਆ, ਬਾਕੀ ਚੱਲ ਕੋਈ ਨਹੀਂ ਇਹ ਆਪਾਂ ਰਹਿਣਤੀ। ਹੁਣ ਅਗਲਾ ਟਾਇਰ ਰਹਿ ਗਿਆ ਇੱਕ, ਇਹ ਵੀ ਪਵਾ ਦੇਣਾ, ਪਿਛਲਾ ਤੁਸੀਂ ਆਹ ਚੈੱਕ ਕਰੋ ਫਾਈਨਲ ਲੁੱਕ, ਸੋਹਣਾ ਲੱਗਦਾ। ਅਤੇ ਆਪਣੇ ਮੋਟਰਸਾਈਕਲ ਦੀ ਪਛਾਣ ਜੇ ਗਿੱਲ ਜੇ ਕਿਤੇ ਲੱਗਾ ਹੋਵੇ ਛੇੜ ਹੋਣਾ, ਵੇਖੀ ਭਾਵੇਂ ਜਿੰਨਾ ਮਰਜ਼ੀ ਜਾਇਓ ਜੀ। ਅਤੇ ਇੱਧਰ ਕਰੋ ਚੈੱਕ, ਕਰੋ ਚੈੱਕ ਸਟੀਕਰ, ਹਾਲੇ ਉੱਤੋਂ ਸਮੋਕ ਦੀ ਲੇਅਰ ਲੱਥੂਗੀ ਫਿਰ ਵੇਖਿਓ ਜੀ, ਹਾਂ ਤਾਂ ਲੱਗ ਗਿਆ। ਬਾਕੀ ਵੀਰ ਨਾਲ ਆਪਾਂ ਇੱਥੇ ਬੈਠੇ ਗੱਲਾਂ ਗੁੱਲਾਂ ਬਾਤਾਂ ਕਰਦੇ ਹਾਂ, ਟਾਈਮ ਆਵਾ ਹੀ ਉਹ ਚੱਲਿਆ, ਸ਼ਾਮਾਂ ਪੈ ਗਈਆਂ, ਹਜੇ ਆਪਾਂ ਜਾਣਾ ਸੀਗਾ ਪਿੱਛੇ ਆਪਣੇ ਨਾ ਘਰ ਦੇ ਲੋਕੇਸ਼ਨ ਹੈਗੀ, ਉੱਥੇ ਮੈਂ ਵੇਖਣਾ ਆ ਗਿਆ, ਵੀਡੀਓ ਬਣਾਉਣੀ ਆ, ਉੱਥੇ ਚੱਲਾਂਗੇ। ਬਾਕੀ ਆਪਾਂ ਕੀ ਹੋ ਗਿਆ, ਬਾਹਰ ਰੌਲਾ ਜਿਹਾ ਪੈ ਜਾਂਦਾ ਇੱਥੇ ਭਿੱਖੀ ਮਿੰਟ 'ਚ, ਤਾਂ ਮਿੰਟ ਹੀ ਲੱਗਦਾ ਰੌਲਾ ਪੈਣ ਲੱਗਿਆ ਵੀ। ਕਰੋ ਚੈੱਕ, ਡੈਂਟ ਜਿਹਾ ਬੁਰਾ ਲੱਗਦਾ ਬਾਕੀ ਵਧੀਆ, ਮੈਂ ਇੱਕ ਓਮਕਾਰ ਵੀ ਉਠਾ ਦਈਏ ਮੁੰਡਿਆਂ ਖੁੰਡਿਆਂ ਦਾ ਮੋਟਰਸਾਈਕਲ ਕੀਤਾ ਪਿਆ ਆਪਾਂ, ਚਲੋ ਕਰੋ ਚੈੱਕ, ਬਹੁਤ ਸੋਹਣਾ ਲੱਗਦਾ
ਚਲੋ ਠੀਕ ਹੈ ਵੀਰ ਜੀ, ਅਤੇ ਲਓ ਮਿੱਤਰੋ ਵੀਰ ਤੋਂ ਆਪਾਂ ਕਰਾ ਲਿਆ ਕੰਮ ਡਨ, ਅਤੇ ਜਿਹਨੇ ਕਿਸੇ ਨੇ ਮੋਟਰਸਾਈਕਲ ਦਾ ਕੰਮ ਕਰਾਉਣਾ ਹੋਵੇ ਵੀਰ ਤੋਂ ਆਇਓ ਜੀ ਭਿੱਖੀ ਪਿੰਡ ਵਿੱਚ, ਮੇਰੇ ਹਿਸਾਬ ਨਾਲ ਬੈਸਟ ਦੁਕਾਨ ਇਹੋ ਹੀ ਆ, ਮੈਂ ਤਾਂ ਸੁਜੈਸਟ ਕਰਦਾ ਵੀਰ ਦੁਕਾਨ, ਅਤੇ ਬਾਕੀ ਓਕੇ ਵੀਰ ਜੀ ਓਕੇ, ਅਤੇ ਆਪਾਂ ਹੋ ਗਿਆ ਮੋਟਰਸਾਈਕਲ ਡਨ, ਆਪਾਂ ਕੱਢ ਲੱਗੇ ਬਾਹਰ, ਚੱਲ ਕੱਢ ਲਿਆ ਉੱਡ ਬਾਹਰ। ਲਓ ਵੀ ਚੌਂਕ 'ਚ ਕਹਿੰਦੇ ਪੁਲਿਸ ਖੜੀ ਗਈ, ਆਪਾਂ ਗਲੀਆਂ ਵਾਲੇ ਪਾ ਲਿਆ ਮੋਟਰਸਾਈਕਲ, ਗਲੀਆਂ ਭੀੜਾਂ ਨੇ ਅਤੇ ਗਲੀ ਸੁੰਨੀ ਨਹੀਂ ਹੈ ਪੂਰੀ, ਇੱਧਰ ਗਲੀ 'ਚ ਕੋਈ ਪੈਰ ਨਹੀਂ ਧਰਦਾ ਹੈਗਾ, ਇੱਧਰ ਕਰੋ ਚੈੱਕ, ਭੀੜ ਲੱਗ ਗਈ ਜੇ, ਪੂਰਾ ਜਾਮ ਲੱਗਿਆ ਜੇ, ਚੱਲ ਜਾਣ ਦਿਓ, ਕਿਉਂਕਿ ਉਹ ਅੱਜ ਕੱਲ੍ਹ ਚਲਾਨ ਕੱਟਣ ਦੇ ਨਾ ਪੁਲਿਸ ਵਾਲੇ ਪੂਰੇ, ਗਲੀਆਂ ਥਾਣੀ ਪਾਊ ਹੋਣਾ ਚੰਗਾ। ਹਾਂ ਆਪਾਂ ਆ ਗਏ ਅੰਮ੍ਰਿਤਸਰ ਰੋਡ ਤੋਂ ਸਿੱਧੇ ਪੱਟੀ ਰੋਡ 'ਤੇ, ਅਤੇ ਹਾਂਜੀ ਲਓ ਮਿੱਤਰੋ ਆਪਾਂ ਆ ਗਏ ਜੇ ਘਰੇ, ਘਰੇ ਆਪਾਂ ਆਈਏ ਪੂਰੇ 7 ਵਜੇ, ਇੰਨੇ ਵਜੇ ਘਰੋਂ ਆਪਾਂ ਤੁਰੇ ਹਾਂ, 5:10 'ਤੇ ਘਰੋਂ ਤੁਰੇ ਹਾਂ, ਅਤੇ 7:10 'ਤੇ ਘਰੇ ਆ ਗਏ, ਮਤਲਬ 2 ਘੰਟੇ ਲੱਗ ਗਿਆ ਆਪਾਂ ਨੂੰ, ਅਤੇ 1.5 ਘੰਟਾ ਦੁਕਾਨ 'ਤੇ ਲੱਗਾ ਹੋਊਗਾ, ਅਤੇ 1.5 ਘੰਟਾ ਆਪਾਂ ਨਾ ਮਜ਼ਾਰ 'ਚ ਲੱਗ ਗਿਆ, ਅਤੇ ਬਾਕੀ ਰੀਲਾਂ ਹੀ ਸ਼ੂਟ ਕੀਤੀਆਂ ਆਪਾਂ, ਅਤੇ ਇੰਸਟਾ 'ਤੇ ਜ਼ਰੂਰ ਜਾ ਕੇ ਕਰੀ ਰੀਲਾਂ ਵੇਖ ਲਿਓ ਆਪਣੇ ਭਰਾ ਸਾਰੇ ਨਾ ਇੰਸਟਾ 'ਤੇ ਫੋਲੋ ਕਰ ਲਓ, ਅਤੇ ਜਾਣ ਮੇਰੀ ਉਹ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਵੀਰ ਯਾਰ, ਤੁਸੀਂ ਚੈਨਲ ਘੱਟੋ ਘੱਟ ਵੀ 30% ਔਡੀਅੰਸ ਨੇ ਚੈਨਲ ਸਬਸਕ੍ਰਾਈਬ ਕੀਤਾ, 70% ਜਾਣਿਆਂ ਨੇ ਭਰਾ ਆਪਣਿਆਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ, ਅਤੇ ਸੋ ਮੇਰੇ ਭਰਾ ਸਾਰੇ ਮੇਰੇ ਵੀਰ ਜੇ ਭਰਾ ਜੇ ਲਵ ਯੂ ਯਾਰ ਸਾਰਿਆਂ ਨੂੰ, ਅਤੇ ਚੈਨਲ ਮੇਰੇ ਭਰਾ ਨਾਲ ਜ਼ਰੂਰ ਸਬਸਕ੍ਰਾਈਬ ਕਰਿਓ ਜੀ। ਅਤੇ ਅੱਜ ਆਪਾਂ ਫਿਰ ਸਾਰਾ ਕੰਮ ਕਰਾਇਆ ਵੀਰ ਅਮੋਲ ਆਰਟਸ ਤੋਂ, ਵੀਰ ਤੋਂ ਜ਼ਰੂਰ ਵਿਜਿਟ ਕਰਿਓ ਜੇ, ਭਿੱਖੀ ਪਿੰਡ ਵੀਰ ਦੀ ਦੁਕਾਨ ਆ, ਅਤੇ ਬਹੁਤ ਵਧੀਆ ਕੰਮ ਕਰਕੇ ਦਿੰਦੇ ਮੋਟਰਸਾਈਕਲਸ ਦਾ, ਚੀਪ ਕੰਮ ਹੁੰਦਾ ਪੂਰਾ ਵਧੀਆ ਕੰਮ, ਪੂਰੀ ਸਫਾਈ, ਮਤਲਬ ਕੋਈ ਸ਼ਿਕਾਇਤ ਨਹੀਂ ਹੈਗੀ ਆਪਣੇ ਵੱਲੋਂ, ਅਤੇ ਵੀਰ ਨੂੰ ਕੋਈ ਸ਼ਿਕਾਇਤ ਨਹੀਂ ਹੈਗੀ, ਪੂਰਾ ਵਧੀਆ ਕੰਮ ਕਰਕੇ ਦਿੰਦੇ ਆ, ਮੇਰੇ ਵੱਲੋਂ ਭਿੱਖੀ ਪਿੰਡ ਵਿੱਚ ਸਭ ਤੋਂ ਬੈਸਟ ਸੁਜੈਸ਼ਨ ਆ ਮੇਰੀ ਕਿ ਵੀਰ ਤੋਂ ਆ, ਜਾਇਆ ਕਰੋ ਜ਼ਰੂਰ। ਬਾਕੀ ਮੋਟਰਸਾਈਕਲ ਦਾ ਆਪਾਂ ਕਿੰਨਾ ਹੀ ਕੰਮ ਕਰਾ ਲਿਆ, ਲੰਡਾ ਲੁੰਡਾ ਕਰਾ ਲਿਆ, ਅਤੇ ਟਾਇਰ ਪਿਛਲਾ ਪੈ ਗਿਆ ਆ, ਅਤੇ ਹੋਰ ਆਪਣਾ ਲਾਈਟਿੰਗ ਦਾ ਕੰਮ ਵੀ ਹੋਇਆ ਪਿਆ ਆ, ਅਤੇ ਅੱਗੇ ਬਸ ਥੋੜ੍ਹਾ ਫਰੈਸ਼ਰ ਲਵਾਉਣਾ ਹੀ ਆ ਮੈਂ, ਅਤੇ ਉਹ ਵੀ ਮੈਂ ਕਿਸੇ ਹੋਰ ਦਿਨ ਲਵਾਊਂਗਾ, ਅੱਜ ਮੇਰਾ ਟਾਈਮ ਨਹੀਂ ਲੱਗਾ, ਉਹ ਵੀਰ ਛੇਤੀ ਦੁਕਾਨ ਬੰਦ ਕਰ ਜਾਂਦੇ ਨਾ, ਮੇਰਾ ਟਾਈਮ ਨਹੀਂ ਲੱਗਾ, ਅਤੇ ਨਹੀਂ ਤਾਂ ਮੈਂ ਅੱਜ ਹੀ ਲਵਾ ਦੇਣਾ ਸੀ ਸਾਰਾ, ਅਤੇ ਬਾਹਰ ਦੇ ਬਹੁਤ ਯਾਰ ਗਰਮੀ ਬਹੁਤ ਜ਼ਿਆਦਾ ਜੀ, ਆਪਾਂ ਤਾਂ ਇੱਥੇ ਘਰ ਆ ਗਏ, ਏਸੀ ਛੱਡ ਲਿਆ, ਘਰ ਆ ਗਏ ਏਸੀ ਛੱਡ ਕੇ ਪਾਊਗਾ ਆਪਾਂ ਦੇ ਬਹਿ ਗਏ ਜੀ, ਆਪਣੇ ਤੋਂ ਨਹੀਂ ਪਾਊਗਾ, ਨਿਕਲ ਜਾਣਾ ਬਾਹਰ, ਅੰਦਰ ਹੀ ਇੱਥੇ ਕੱਪੜੇ ਚੇਂਜ ਕਰਕੇ ਨਹਾ ਧੋ ਗਏ, ਅਤੇ ਆਪਾਂ ਬਹਿ ਜਾਣਾ, ਆਪਾਂ ਨਹੀਂ ਹੁਣ ਨਿਕਲਦੇ ਬਾਹਰ। ਅਤੇ ਮੇਰੇ ਭਰਾ ਯਾਰ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਜੀ, ਅਤੇ ਇਸ ਤਰ੍ਹਾਂ ਹੀ ਤੁਹਾਨੂੰ ਸਪਲੈਂਡਰ ਦੇ ਰਿਲੇਟਡ ਕੰਟੈਂਟ ਆਉਣਗੇ ਇਸ ਚੈਨਲ 'ਤੇ ਹੀ, ਅਤੇ ਬਾਕੀ ਆਪਣੇ 1000 ਸਬਸਕ੍ਰਾਈਬਰ ਇੱਕ ਰਿਹੋਲ ਆਉਂਦੋ, ਬਾਕੀ ਚੈਨਲ ਜਿਹੜਾ ਯੂਟਿਊਬ ਹੁੰਦਾ ਉਹ ਰੈਕਮੈਂਡੇਸ਼ਨ 'ਚ ਪਾ ਦਿੰਦਾ ਆਪਣਾ ਫਿਰ ਚੈਨਲ 1000 ਸਬਸਕ੍ਰਾਈਬਰ ਤੋਂ ਬਾਅਦ, ਅਤੇ ਮੇਰੇ ਭਰਾ ਨਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ ਸਾਰੇ ਆਪਣੀ ਜਾਨ ਜੇ, ਹੈ ਨਾ। ਅਤੇ ਬਾਕੀ ਆਪਾਂ ਅੱਜ ਦਾ ਵਲੋਗ ਇੱਥੇ ਹੀ ਐਂਡ ਕਰਦੇ ਹਾਂ, ਅੱਗੇ ਤੋਂ ਵਲੋਗ ਵੇਖਣ ਲਈ ਗਿੱਲ ਹੁਣੀ ਵਲੋਗਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਲਾਈਕ ਅਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਦਿਆ ਕਰੋ, ਅਤੇ ਮੇਰੇ ਵੀਰ ਅੱਗੇ ਸ਼ੇਅਰ ਕਰਦਿਆ ਕਰੋ ਤਾਂ ਕਿ ਵਲੋਗ ਨੂੰ ਵਿਊ ਹੋਰ ਆਉਣ। ਹਾਂਜੀ, ਅਤੇ ਮਿੱਤਰੋ ਮੈਂ ਨਾ ਕੋਸ਼ਿਸ਼ ਕਰਿਆ ਕਰੂੰਗਾ ਕਿ ਆਪਣੇ ਜਿਹੜਾ ਵਲੋਗ ਨਾ ਰੋਜ਼ ਆਇਆ ਕਰੇ, ਆਪਾਂ ਜ਼ਿਆਦਾ ਲੇਟ ਨਹੀਂ ਹੋਣਾ, ਅੱਗੇ ਆ 35 ਦਿਨਾਂ ਬਾਅਦ ਆਪਾਂ ਵਲੋਗ ਸ਼ੂਟ ਕਰਨੇ ਜਿਹੜਾ ਆਪਾਂ, ਅਤੇ ਅਗਾਂਹ ਤੋਂ ਮੈਂ ਜ਼ਰੂਰ ਕੋਸ਼ਿਸ਼ ਕਰੂੰਗਾ ਕਿ ਆਪਣਾ ਵਲੋਗ ਇੱਕ ਹਫ਼ਤੇ 'ਚ 3 ਵਲੋਗ ਤਾਂ ਘੱਟੋ ਘੱਟ ਆਉਣ, 3 ਨਹੀਂ ਤਾਂ 2 ਤਾਂ ਆਉਣ, ਨਾ ਆਪਾਂ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਵਲੋਗ ਪਾਈਏ, ਕਿ ਇੱਕ ਹਫ਼ਤੇ 'ਚ ਮੰਨ ਲਓ 7 ਦਿਨ ਹੁੰਦੇ, ਘੱਟੋ ਘੱਟ 7 ਦਿਨ ਵਲੋਗ ਪਾਈਏ ਆਪਾਂ, ਜਿਹੜੀਆਂ ਆਪਣਾ ਸੱਟਾਂ ਲੱਗੀਆਂ ਨਾ ਇਹਨਾਂ ਕਰਕੇ ਆਪਣਾ ਕੰਮ ਲੇਟ ਹੋਇਆ, ਸਾਰੇ ਗੋਡੇ ਭਰ ਗਏ ਗੇ, ਰਗੜਾਂ ਸਾਰੀ ਕੂਣੀ ਇੱਧਰ ਭਰ ਗਈ ਸੀ। ਅਤੇ ਬਾਕੀ ਆਪਾਂ ਜ਼ਰੂਰ ਕੋਸ਼ਿਸ਼ ਕਰਿਆ ਕਰਾਂਗੇ ਆਪਣੇ ਜਿਹੜਾ ਵਲੋਗ ਨਾ ਉਹ ਰੋਜ਼ ਆਇਆ ਕਰੇ, ਬਾਕੀ ਸਕੂਲੇ ਵੀ ਜਾਣਾ ਹੁੰਦਾ, ਟਾਈਮ ਨਹੀਂ ਲੱਗਦਾ, ਜਿਸ ਤਰ੍ਹਾਂ ਅੱਜ ਆਪਣੇ ਕਿ 2 ਘੰਟੇ ਲੱਗੇ, ਇਸ ਤਰ੍ਹਾਂ ਕਿ ਰੋਜ਼ ਕੋਈ ਵਲੋਗ ਆ ਜੇ, ਰੋਜ਼ ਕੋਈ ਕੰਟੈਂਟ ਆ ਜੇ। ਅਤੇ ਬਾਕੀ ਮੇਰੇ ਭਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ ਜੀ, ਅਤੇ ਬਾਕੀ ਅੱਜ ਦਾ ਵਲੋਗ ਇੱਥੇ ਐਂਡ, ਟਿਲ ਐਂਡ ਟੇਕ ਕੇਅਰ, ਗੁੱਡ ਬਾਏ, ਸਾਰੇ ਆਪਣਾ ਖਿਆਲ ਰੱਖਿਓ ਜੀ, ਅਤੇ ਮੋਟਰਸਾਈਕਲ ਘੱਟ ਪਿਆ ਹੋ ਜੇ, ਅੱਜ ਕੱਲ੍ਹ 18+ ਦਾ ਤੁਹਾਨੂੰ ਹੋ ਗਿਆ ਪਤਾ, ਪਤਾ ਹੀ ਹੋਣਾ ਸਾਰਿਆਂ ਨੂੰ ਕਿ ਲਾਇਸੈਂਸ ਦਾ ਹੋ ਗਿਆ ਕੰਮ,
ਲਾਇਸੈਂਸ ਜਿੱਥੋਂ ਨਹੀਂ ਹੈਗਾ ਮੋਟਰਸਾਈਕਲ ਨਹੀਂ ਚਲਾਊਗਾ, ਆਪਾਂ ਵੀ ਹੁਣ ਘਟਾ ਦਾ ਮੋਟਰਸਾਈਕਲ ਨਹੀਂ ਚਲਾਉਂਦੇ ਆਪਾਂ ਇੰਨਾ, ਅਤੇ ਬਾਕੀ ਚਲੋ ਠੀਕ ਹੈ ਜਾਣ ਮੇਰੀਏ, ਬਾਏ ਬਾਏ ਅਤੇ ਰੱਬ ਰਾਖਾ ਜੀ।